ਅੱਗ ਕੀ ਕਹਿੰਦੇ ਆ ਬਿਜਲੀ ਬੋਰਡ ਦੀ ਨਲੈਕੀ ਕਾਰਨ ਲੱਗੀ ਹੈ ਜੀ ਆਪਣੇ ਜੋ ਅੱਗ ਲੱਗੀ ਹੈ ਇਹ ਬੇਸਿਕਲੀ ਉੱਥੋਂ ਬਿਜਲੀ ਦੀਆਂ ਤਾਰਾਂ ਅੱਗਿਓਂ ਖੇਤ ਤੋਂ ਸ਼ੋਰਟ ਸਰਕਿਟ ਹੋ ਗਈਆਂ ਸੀ ਅਤੇ ਸ਼ੋਰਟ ਸਰਕਿਟ ਹੋਣ ਕਰਕੇ ਆਪਣੇ ਪਹਿਲਾਂ ਖੇਤ ਨੂੰ ਪਈ ਖੇਤ ਤੋਂ ਸਾਡਾ ਉੱਥੇ ਮਾਲ ਚਿੱਪ ਕੀਤਾ ਪਿਆ ਸੀਗਾ ਮਤਲਬ ਬੇਸਿਕਲੀ ਪਰਾਲੀ ਕੁਤਰੀ ਵੀ ਸੀਗੀ ਉੱਥੇ ਪਈ ਉਹ ਕੁਤਰੀ ਵੀ ਪਰਾਲੀ ਨੂੰ ਪੈ ਗਈ ਹਵਾ ਇੰਨੀ ਤੇਜ਼ ਸੀਗੀ ਉਹ ਤੋਂ ਵੱਧਦੀ ਸਾਰੇ ਸਟੋਕ ਨੂੰ ਪੈ ਗਈ ਅਤੇ ਸਾਰੀ ਨਲੈਕੀ ਹੈ ਬਿਜਲੀ ਬੋਰਡ ਦੀ ਨਲੈਕੀ ਕਰਕੇ ਅੱਗ ਲੱਗੀ ਹੈ ਜੀ ਸਾਡੇ ਇਹਦਾ ਪੂਰਾ 100% ਕਸੂਰਵਾਰ ਸਿਰਫ ਬਿਜਲੀ ਬੋਰਡ ਬਣਦਾ ਹੈ ਅਤੇ ਨੁਕਸਾਨ ਤਕਰੀਬਨ ਜੀ ਇਹ 3 ਕਰੋੜ ਦੇ ਆਸ ਪਾਸ ਦਾ ਸਟੋਕ ਸੀਗਾ ਜੋ ਅੱਗੇ ਸਾਡਾ ਲੱਗਿਆ ਗਿਆ ਸੀ ਤਕਰੀਬਨ ਮੇਰੇ ਹਿਸਾਬ ਨਾਲ ਸਾਰਾ ਹੀ ਪਹੁੰਚ ਚੁੱਕਿਆ ਕਿਉਂਕਿ ਬਾਕੀ ਹਜੇ ਅੰਦਰ ਜਾਣ ਦੀ ਸਿਚੁਏਸ਼ਨ ਹੈ ਨਹੀਂ ਕਿ ਆਪਾਂ ਅੰਦਰ ਜਾ ਕੇ ਇਹਨੂੰ ਚੈੱਕ ਕਰ ਪਾਈਏ ਕਿੰਨਾ ਸਟੋਕ ਤੁਸੀਂ ਬਿਜਲੀ ਬੋਰਡ ਦੇ ਕਿਸੇ ਸੰਬੰਧਿਤ ਉਹਦੇ ਨਾਲ ਗੱਲ ਕੀਤੀ ਕੀ ਕਹਿਣਾ ਉਹਨਾਂ ਦਾ ਜਾਂ ਉਦੋਂ ਪਹਿਲਾਂ ਵੀ ਕਦੇ ਕੋਈ ਇਸ ਤਰ੍ਹਾਂ ਦਾ ਇੰਸੀਡੈਂਟ ਹੋਇਆ ਹੋਵੇ ਤੁਸੀਂ ਉਹਨਾਂ ਨੂੰ ਦੱਸਿਆ ਹੋਵੇ ਅਸੀਂ ਜਦੋਂ ਹੀ ਇਸ ਚੀਜ਼ ਦੇ ਲਈ ਅਵੇਅਰ ਹੋਏ ਤਾਂ ਕਿ ਸਾਡੀਆਂ ਫਾਇਰ ਬ੍ਰਿਗੇਡ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦਾ ਬੰਦਾ ਚਲੋ ਰਾਦਰ ਦੈਨ ਬਲੇਮਿੰਗ ਐਨੀਵਨ ਸਾਡੀ ਕੋਸ਼ਿਸ਼ ਸੀਗੀ ਕਿ ਅਸੀਂ ਪਹਿਲਾਂ ਫਾਇਰ ਬ੍ਰਿਗੇਡ ਨੂੰ ਜਾਂ ਜੋ ਵੀ ਸਾਡੇ ਫਾਇਰ ਇਕਿਪਮੈਂਟਸ ਹੈ ਉਹਨਾਂ ਨੂੰ ਰੀਫਿਲ ਕਰਕੇ ਜਲਦੀ ਤੋਂ ਜਲਦੀ ਅੱਗ ਕੰਟਰੋਲ ਕਰੀਏ ਉਹਦੇ ਲਈ ਅਸੀਂ ਕੀ ਕਹਿੰਦੇ ਆ ਸਾਨੂੰ ਜਿਹੜੀ ਖੇਤਾਂ ਵਾਲੀ ਮੋਟਰ ਹੁੰਦੀ ਹੈ ਕਿਉਂਕਿ ਉਹ ਵੱਡੀ ਹੁੰਦੀ ਹੈ ਉਹਦੇ ਨਾਲ ਜਲਦੀ ਭਰਿਆ ਜਾਂਦੀ ਹੈਗੀ ਜੋ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੈਗੀਆਂ ਉਹਦੇ ਕਰਕੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਡੀ ਜੋ ਲਾਈਨ ਇਹਨਾਂ ਦੀ 2-3 ਦਿਨ ਦੀ ਕਾਫੀ ਦਿਨਾਂ ਦੀ ਸੋਰੀ ਖਰਾਬ ਪਈ ਸੀ ਕਿ ਉਹਨੂੰ ਪਲੀਜ਼ ਉਹਨੂੰ ਰਿਪੇਅਰ ਕਰ ਦੇਣ ਤਾਂ ਕਿ ਅਸੀਂ ਉਹ ਜਲਦੀ ਤੋਂ ਜਲਦੀ ਆਪਣੀਆਂ ਗੱਡੀਆਂ ਭਰ ਲਈਏ ਪਰ ਉਹਨਾਂ ਨੇ ਇਨੀਸ਼ੀਅਲੀ ਫੋਨ ਹੀ ਨਹੀਂ ਚੱਕਿਆ ਫਿਰ ਅਸੀਂ ਉਹਨਾਂ ਦੇ ਜੋ ਪ੍ਰਬੰਧਕ SDO ਸਾਹਿਬ ਨੂੰ ਫੋਨ ਕਰਕੇ ਉਹਨਾਂ ਨੂੰ ਇਨਫੋਰਮ ਕੀਤਾ ਕਿ ਇੱਦਾਂ ਕਰਕੇ ਅਸੀਂ ਕਨੈਕਟ ਨਹੀਂ ਕਰ ਪਾ ਰਹੇ ਹੈਗੇ ਉਹਨਾਂ ਦੇ ਨਾਲ ਸਾਨੂੰ ਵੀ ਕਿਸੇ ਵੀ ਲੋਡ ਸਾਡਾ ਸਲਿਊਸ਼ਨ ਕਰਵਾਇਆ ਜਾਵੇ ਤਾਂ ਫਿਰ ਉਹਦੇ ਪਿੱਛੋਂ ਉਹਨਾਂ ਨੇ ਤਕਰੀਬਨ ਅੱਧੇ ਘੰਟੇ ਬਾਅਦ ਜੋ ਕਿ ਜਦੋਂ ਕਿ ਇੱਦਾਂ ਦੇ ਇੰਸੀਡੈਂਟ 'ਚ ਘੰਟਾ ਬਰਦਾਸ਼ਤ ਨਹੀਂ ਹੁੰਦਾ ਹੈਗਾ ਇੱਕ ਮਿੰਟ ਸਾਡੇ ਲਈ ਜਦੋਂ ਕੀਮਤੀ ਸੀ ਫਿਰ ਵੀ ਘੰਟਾ ਤਕਰੀਬਨ ਲੱਗ ਗਿਆ ਸੀਗਾ ਅਤੇ ਉਹਦੇ ਪਿੱਛੋਂ ਅਵੱਲੀ ਗੱਲ ਹੋਈ ਕਿ ਵੈਸੇ ਲਾਈਟ ਜਿੰਨਾ 5 ਵਜੇ ਤੱਕ ਰਹਿੰਦੀ ਹੁੰਦੀ ਹੈ ਬਿਜਲੀ ਜੋ ਮੋਟਰਾਂ ਵਾਲੀ ਅਤੇ ਉਹ 4 ਵਜੇ ਹੀ ਲਾਈਟ ਕੱਟ ਦਿੱਤੀ ਗਈ ਸੀ ਫਿਰ ਉਹਦੇ ਪਿੱਛੋਂ ਜਦੋਂ ਅਸੀਂ ਦੇਖਿਆ ਕਿ ਲਾਈਟ ਆ ਨਹੀਂ ਰਹੀ ਅਤੇ ਅਸੀਂ ਦੁਬਾਰਾ SDO ਸਾਹਿਬ ਨੂੰ ਫੋਨ ਕੀਤਾ ਅੱਧੇ ਘੰਟੇ ਬਾਅਦ ਸਿਰਫ ਅੱਧੇ ਘੰਟੇ ਲਈ ਸਾਨੂੰ ਲਾਈਟ ਮਿਲੀ ਜਿਹਦੇ ਕਰਕੇ ਕਿ ਅਸੀਂ ਹੁਣ ਦੁਬਾਰਾ ਗੱਡੀਆਂ ਰੀਫਿਲ ਕਰਕੇ ਦੁਬਾਰਾ ਕੀ ਚਾਹੁੰਦੇ ਤੁਸੀਂ ਸਰ ਸਾਨੂੰ ਕੀ ਕਹਿੰਦੇ ਆ ਪਹਿਲਾਂ ਤਾਂ ਅਸੀਂ ਆਪਦਾ ਸੰਦੇਸ਼ CM ਸਾਹਿਬ ਨੂੰ ਦੇਣਾ ਚਾਹੁੰਦੇ ਹਾਂ ਅਸੀਂ ਉਹਨਾਂ ਦੀਆਂ ਹਿਦਾਇਤਾਂ ਦੇ ਹਿਸਾਬ ਨਾਲ ਅਸੀਂ ਦੇਖਦੇ ਹੋਏ ਅਸੀਂ ਪਲਾਂਟ ਲਗਾਇਆ ਸੀ ਪਰ ਸਾਨੂੰ ਲੱਗ ਨਹੀਂ ਰਿਹਾ ਕਿ ਸਾਡੀ ਮਤਲਬ ਕਿਸੇ ਵੀ ਤਰੀਕੇ ਦੀ ਸਾਨੂੰ ਨਾ ਤਾਂ ਪਹਿਲਾਂ ਤਾਂ ਸਾਨੂੰ ਕੋਈ ਸੇਲ ਪੱਖੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਸੀ ਮਿਲ ਰਹੀ ਸਰਕਾਰ ਤੋਂ ਕੀ ਕਹਿੰਦੇ ਆ ਸਾਡੇ ਸਰਕਾਰ ਦੇ ਨਾਲ ਅਸੀਂ ਲੱਗ ਕੇ ਜੋ ਕੇਸ ਚੱਲ ਰਿਹਾ ਸੀਗਾ ਭੱਠਾ ਐਸੋਸੀਏਸ਼ਨ ਨੇ ਕੇਸ ਕਰ ਰੱਖਿਆ ਸੀ ਅਸੀਂ ਉਹਦੇ ਵਿੱਚ ਵੀ ਉਹਦਾ ਹਿੱਸਾ ਬਣੇ ਪਰ ਉਹ ਹਜੇ ਤੱਕ ਉਹ ਕੇਸ ਇੱਦਾਂ ਦਾ ਇੱਦਾਂ ਹੀ ਵਿੱਚ ਲਟਕਿਆ ਪਿਆ ਕੋਈ ਉੱਤੇ ਸਲਿਊਸ਼ਨ ਨਹੀਂ ਆਇਆ ਅਤੇ ਹੁਣ ਫਿਰ ਵੀ ਅਸੀਂ ਚਲੋ ਜਿਉਂ ਤਿਉਂ ਕਰਕੇ ਆਪਦਾ ਗੁਜ਼ਾਰਾ ਕਰਨ ਦਾ ਹੁਣ ਹਿੱਲਾ ਮਸਾਂ ਬਣਾਇਆ ਸੀ ਅਤੇ ਫਿਰ ਹੁਣ
ਪਿੱਛੇ ਸਾਡੇ ਕੋਲ ਸਟੋਕ ਹੀ ਨਹੀਂ ਹੋਏਗਾ ਤਾਂ ਅਸੀਂ ਕੁਛ ਕਰ ਹੀ ਨਹੀਂ ਸਕਦੇ। ਅਤੇ ਸਾਡੇ ਮਤਲਬ ਕਾਫੀ ਵੱਡੇ ਵੱਡੇ ਲੋਨ ਇਹਦੇ ਉੱਪਰ ਚੱਲ ਰਹੇ ਨੇਗੇ ਅਤੇ ਸਾਡੇ ਲਈ ਬਹੁਤ ਹੀ ਔਖਾ ਹੈ, ਸਰਕਾਰ ਨੂੰ ਸਾਡੀ ਮਦਦ ਕਰਨੀ ਪਵੇਗੀ, ਨਾਲੇ ਹੀ ਸਾਨੂੰ ਸੇਲਸ ਪਰਸਪੈਕਟਿਵ ਤੋਂ ਵੀ ਮਦਦ ਕਰਨੀ ਪਵੇਗੀ ਅਤੇ ਨਾਲ ਹੀ ਸਾਨੂੰ ਇਹਨੂੰ ਇਨਸ਼ੋਰਡ ਪ੍ਰੋਪਰ ਸਾਡਾ ਇਨਸ਼ੋਰਡ ਹੋਵੇ, ਜੋ ਕਿ ਹੁਣ ਸਾਨੂੰ ਕੰਪਨੀਜ਼ ਇਨਸ਼ੋਰੈਂਸ ਵੀ ਨਹੀਂ ਦੇ ਰਹੀਆਂ ਹੈਗੀਆਂ। ਸਭ ਤੋਂ ਵੱਡੀ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ ਕਿ ਪ੍ਰਾਈਵੇਟ ਤਾਂ ਦੇ ਹੀ ਨਹੀਂ ਸੀ ਰਹੀਆਂ, ਹੁਣ ਪਬਲਿਕ ਜੋ ਕੰਪਨੀਜ਼ ਆ ਉਹ ਵੀ ਸਾਨੂੰ ਇਨਸ਼ੋਰੈਂਸ ਦੇਣ ਤੋਂ ਵੀ ਮਨਾ ਕਰ ਰਹੀਆਂ ਨਾ। ਸ਼ੋਰਟ ਸਰਕਟ ਹੋਇਆ ਉੱਥੇ, ਆਪਣਾ ਸੁੱਚ ਆ ਗਈ ਇੱਕ ਟਰਾਂਸਫਾਰਮ ਵਾਲੀ, ਸੁਣਦੇ ਮੁਤਾਬਕ ਵੀ ਖਾਲੀ ਵਾਹਣ ਸੀਗਾ ਉਹ 'ਚੋਂ ਹਵਾ ਤੇਜ਼ ਹੋਣ ਕਰਕੇ ਅੱਗ ਜਿਹੜੀਆਂ ਸਾਰੀਆਂ ਗੱਠਾਂ ਨੂੰ ਪੈ ਗਈ, ਤਕਰੀਬਨ ਨੁਕਸਾਨ ਬਹੁਤ ਜ਼ਿਆਦਾ ਆ, ਮੇਜਰ ਫਾਇਰ ਕਾਰ ਆ, ਜਿਸ ਕਰਕੇ ਸਾਰੇ ਸੰਗਰੂਰ ਤੋਂ, ਮਾਨਸਾ ਤੋਂ ਅਤੇ ਆਪਣਾ ਭੀਖੀ ਤੋਂ ਗੱਡੀਆਂ ਆਈਆਂ ਹੋਈਆਂ ਨੇ ਅਤੇ ਕੰਟਰੋਲ ਲਗਾਤਾਰ ਪਾਣੀ ਪਾਇਆ ਜਾ ਰਿਹਾ ਹੈਗਾ। ਕੰਟਰੋਲ ਇਹਦਾ ਇੱਕ ਵਾਰ ਹੋ ਚੁੱਕੀ ਆ ਵੀ ਅੱਗੇ ਨਹੀਂ ਵੱਧ ਰਹੀ, ਬਾਕੀ ਜਿਸ ਨੂੰ ਲੱਗ ਗਈ ਇਹਨੂੰ ਹਜੇ ਚੱਲ ਰਹੀ ਹੈ, ਇਹਨਾਂ 'ਤੇ ਪਾਣੀ ਮਾਰਿਆ ਜਾ ਰਿਹਾ। ਤਕਰੀਬਨ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਇਹਨੂੰ ਭਜਾਉਣ? ਤਕਰੀਬਨ ਇੱਥੇ ਜੀ 5 ਗੱਡੀਆਂ ਲੱਗੀਆਂ ਹੋਈਆਂ ਨੇ, ਇੱਕ ਬਟਲਾਡਾ, 2 ਮਾਨਸਾ, 1 ਭੀਖੀ, 1 ਆਪਣਾ ਬਣਾ ਵਾਲੀ ਥਰਮਲ ਅਤੇ 1 ਸੰਗਰੂਰ, ਸਾਰੀਆਂ ਗੱਡੀਆਂ ਚੱਲ ਰਹੀਆਂ ਇੱਕ ਬਰਨਾਲਾ।